ਅੱਗੇ ਗਾਲ ਨਮਸਕਾਰ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਜਲਾਲਾਬਾਦ ਦੇ ਮਾਰਕੀਟ ਕਮੇਟੀ ਦਫ਼ਤਰ ਤੋਂ ਦਿਖਾ ਰਹੇ ਹਾਂ ਜਿੱਥੇ ਤਕਰੀਬਨ 3 ਕਰੋੜ ਦੀ ਲਾਗਤ ਦੇ ਨਾਲ ਅੱਜ ਇੱਕ ਪ੍ਰੋਜੈਕਟ ਦਾ ਨੀਂ ਪੱਥਰ ਰੱਖਿਆ ਗਿਆ ਹੈ ਕਿਹੜਾ ਪ੍ਰੋਜੈਕਟ ਹੈ ਇਸ ਦੀ ਵੀ ਜਾਣਕਾਰੀ ਲਾਂਗੇ ਸਾਡੇ ਨਾਲ ਮੌਜੂਦ ਨੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕਮੋਜੀ ਸਰ ਕਿਸ ਤਰ੍ਹਾਂ ਦਾ ਪ੍ਰੋਜੈਕਟ ਹੈ ਜਿਸ ਦਾ ਅੱਜ ਤੁਸੀਂ ਨੀਂ ਪੱਥਰ ਰੱਖਿਆ ਔਰ ਇਸ ਤੇ ਕਿੰਨੀ ਲਾਗਤ ਆਉਣੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਖੁੱਡੀਆਂ ਸਾਹਿਬ ਤੇ ਬਰਸ਼ਰ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਅੱਜ ਜਲਾਲਾਬਾਦ ਵਿਖੇ 3 ਕਰੋੜ ਦਾ ਰੇੜੀ ਫੜੀ ਦਾ ਇੱਕ ਪ੍ਰੋਜੈਕਟ ਅਸੀਂ ਕੀਤਾ ਹੈ ਜਿਹੜੀ ਮਾਡਰਨਾਈਜ਼ ਰੇੜੀ ਫੜੀ ਬਣੇਗੀ ਗ੍ਰੇਨਾਈਟ ਮਾਰਬਲ ਨਾਲ ਔਰ ਪੱਕੀਆਂ ਥੜੀਆਂ ਬਣਾ ਕੇ ਜਿਹੜੇ ਬਾਜ਼ਾਰ ਦੇ ਵਿੱਚ ਰੇੜੀਆਂ ਲੱਗੀਆਂ ਉਹਨਾਂ ਨੂੰ ਪਰਮਾਨੈਂਟ ਜਗ੍ਹਾ ਅਲਾਟ ਕਰਕੇ ਦੇਾਂਗੇ ਤਾਂ ਕਿ ਉਹਨਾਂ ਨੂੰ ਧੁੱਪੇ ਔਰ ਠੰਡ ਦੇ ਵਿੱਚ ਇਥੇ ਖਰਾਬ ਨਾ ਹੋਣਾ ਪਵੇ ਔਰ ਸਾਰੀ ਜ਼ਿੰਦਗੀ ਦਾ ਆਰਾਮ ਨਾਲ ਹਰ ਬੰਦਾ ਸ਼ਹਿਰ ਦਾ ਇੱਥੇ ਵਾਸੀ ਜਾਂ ਪਿੰਡਾਂ ਲੈ ਇੱਥੇ ਆਨ ਪ੍ਰੋਪਰ ਪਾਰਕਿੰਗ ਹਰ ਪ੍ਰੋਜੈਕਟ ਬਣਾ ਕੇ ਪ੍ਰੋਪਰ ਦੇਵਾਂਗੇ ਇਸ ਤਰ੍ਹਾਂ ਦੀ ਸਹੂਲਤ ਹੋਏਗੀ ਔਰ ਕਿਹੜੇ ਕਿਹੜੇ ਰੇੜੀ ਫੜੀ ਵਾਲੇ ਆਂਦੇ ਚ ਹੋਣਗੇ ਸਪੈਸ਼ਲ ਔਰ ਜਿਹੜੇ ਵੈਜੀਟੇਬਲ ਵਾਲੇ ਸੀ ਉਹ ਇੱਥੇ ਸ਼ਿਫਟ ਕਰਾਂਗੇ ਔਰ ਫੂਡ ਸੀਟ ਦਾ ਸੀ ਹੋਰ ਕਿਤੇ ਪ੍ਰੋਜੈਕਟ ਦੇਖ ਰਹੇ ਆ ਕਿਤੇ ਸਾਨੂੰ ਜਗ੍ਹਾ ਅਵੇਲੇਬਲ ਹੋ ਗਈ ਅਸੀਂ ਉੱਥੇ ਦੇਾਂਗੇ ਔਰ ਹੋਰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਨੇ ਉਹ ਜਲਾਲਾਬਾਦ ਚ ਨਵੇਂ ਆ ਰਹੇ ਤਾਂ ਕਿ ਸਾਡੇ ਬੱਚਿਆਂ ਲਈ ਔਰ ਸਾਡੇ ਬਜ਼ੁਰਗਾਂ ਲਈ ਔਰ ਗਰੀਬ ਤਬਕੀ ਲਈ ਅਡਰ ਵਰਗ ਲਈ ਸਭ ਕੁਝ ਹੋ ਸਕੇ ਅੱਜ ਕਿਹੜੇ-ਕਿਹੜੇ ਪ੍ਰੋਜੈਕਟ ਹੈ ਜਿੰਨਾਂ ਦਾ ਤੁਸੀਂ ਨਹੀਂ ਪੱਥਰ ਅੱਜ ਪਹਿਲਾਂ ਅਸੀਂ ਕਟਿਆਵਾਂ ਵਾਲੀ ਗਏ ਉੱਥੇ ਅਸੀਂ ਪ੍ਰੋਜੈਕਟ ਫਾਈਨਲ ਕੀਤਾ ਉਸ ਤੋਂ ਬਾਅਦ ਅਸੀਂ ਚੱਕ ਪੱਕੀ ਗਏ ਉੱਥੇ ਆਏ ਹੁਣ ਅਸੀਂ ਜਲਾਲਾਬਾਦ ਪਹੁੰਚੇ ਹਾਂ ਪਹਿਲਾਂ ਰਠੋੜਾ ਵਾਲੇ ਮੱਲੇ ਵਿੱਚ ਜਿਹੜਾ ਪਹਿਲਾਂ ਉਸ ਦੇ 17 ਲੱਖ ਦੇ ਲੋਕ ਟਾਈਲਸ ਜਿਹੜਾ ਉਹ ਵਾਰ ਪੱਕਾ ਕਰਨਾ ਉਹਦੇ ਵਿੱਚ ਫਿਰ ਵਾਰਡ ਨੰਬਰ 15 ਉਹਦੇ ਵਿੱਚ 25 ਲੱਖ ਦੀ ਸੜਕਾਂ ਦੀ ਜਿਹੜਾ ਨੀ ਪੱਥਰ ਰੱਖਿਆ ਗਿਆ ਉਸ ਤੋਂ ਬਾਅਦ 30 ਲੱਖ ਰੁਪਏ ਨਾਲ ਅਸੀਂ ਵਾਟਰ ਬਾਕਸ ਨਵਾਂ ਬਣਾਇਆ ਜਿਹੜਾ ਪੀਣ ਦਾ ਪਾਣੀ ਮੰਡੀ ਜਾਂਦਾ ਉਹਦਾ ਉਦਘਾਟਨ ਹੈ ਹੁਣ ਜਿਹੜੀ 3 ਕਰੋੜ ਦੀ ਲਾਗਤ ਨਾਲ ਨੀ ਪੱਥਰ ਰੱਖਿਆ ਗਿਆ 1.5 ਕਰੋੜ ਦੀ ਲਾਗਤ ਨਾਲ ਇੱਕ ਬਹੁਤ ਚੰਗਾ ਜਿਹੜਾ ਸਾਡਾ ਇੱਥੇ ਸਪੋਰਟਸ ਸਟੇਡੀਅਮ ਹੈ ਉਹਦੇ ਵਿੱਚ ਅਸੀਂ ਇੰਡੋਰ ਬੈਡਮਿੰਟਨ ਸਟੇਡੀਅਮ ਉਹਦਾ ਨੀ ਪੱਥਰ ਰੱਖਣ ਜਾ ਰਹੇ ਹਾਂ ਸੋ ਵਿਕਾਸਤਾ ਦੇ ਥੋੜੇ ਸਾਹਮਣੇ ਵੇਖਣ ਨੂੰ ਮਿਲ ਰਿਹਾ ਲੋਕਾਂ ਲਈ ਕੰਮ ਵੀ ਹੋ ਰਿਹਾ ਸਭ ਤੋਂ ਪਹਿਲਾਂ ਉਹਨਾਂ ਲਈ ਕੰਮ ਹੋ ਰਿਹਾ ਜਿਨ੍ਹਾਂ ਨੂੰ ਜ਼ਰੂਰਤ ਸੀ ਜਿਨ੍ਹਾਂ ਨੇ ਇਸ ਕਰਕੇ ਸਰਕਾਰ ਬਣਾਈ ਸੀ ਵੀ ਸਾਡੇ ਲਈ ਵੀ ਕੋਈ ਕੁਝ ਕਰੇ ਸੋ ਮੈਂ ਧੰਨਵਾਦ ਦਿੰਦਾ ਇਸ ਪੂਰੇ ਜਨਰਾਲਾਬਾਦ ਵਾਸੀਆਂ ਦਾ ਜਿਨ੍ਹਾਂ ਨੇ 2 ਸਾਲ ਪਹਿਲਾਂ ਮੈਨੂੰ ਆਮ ਜੇ ਘਰ ਦੇ ਮੁੰਡੇ ਨੂੰ ਐਮਐਲਏ ਬਣਾ ਕੇ ਵਿਧਾਨ ਸਭਾ ਦੀ ਪੌੜੀਆਂ ਚੜਾਇਆ ਅੱਜ ਉਹ ਕਰਮਾਲਾ ਦਿਨ ਹੈ 10 ਮਾਰਚ ਜਿਸ ਦਿਨ ਪੰਜਾਬ ਸਰਕਾਰ ਦੇ ਲੋਕ ਪੰਜਾਬ ਦੇ ਲੋਕਾਂ ਨੇ ਇੱਕ ਬਦਲਾਵ ਲੈ ਕੇ ਆਂਦਾ ਔਰ ਬਦਲਾਵ ਦੇ ਰੂਪ ਚਾ ਕੰਮ ਤੁਸੀਂ ਸਾਹਮਣੇ ਵੇਖ ਰਹੇ ਥੈਂਕ ਯੂ ਤਾਂ ਬਿਲਕੁਲ 2 ਸਾਲ ਪੂਰੇ ਹੋਏ ਐ ਅੱਜ ਆਮ ਆਦਮੀ ਪਾਰਟੀ ਦੇ ਔਰ ਜਲਾਲਾਬਾਦ ਦੇ ਲਈ ਇੱਕ ਵੱਡੀ ਸਵਾਗਤ ਜਿਹੜੀ ਆ ਉਹ ਦਿੱਤੀ ਗਈ ਆ ਦੱਸ ਦਈਏ ਕਿ 3 ਕਰੋੜ ਦੀ ਲਾਗਤ ਦੇ ਨਾਲ ਰੇੜੀ ਫੜੀ ਵਾਲਿਆਂ ਵਾਸਤੇ ਸ਼ੈੱਡ ਬਣਾਇਆ ਜਾਣਾ ਉਸ ਦਾ ਅੱਜ ਜਿਹੜਾ ਹੈਗਾ ਨੀ ਪੱਥਰ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਵੱਲੋਂ ਰੱਖਿਆ ਗਿਆ ਔਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਸਪੋਰਟ ਸਟੇਡੀਅਮ ਦੇ ਵਿੱਚ ਜਿਹੜਾ ਹੈਗਾ ਇਕ ਆ ਇੰਡੋਰ ਸਟੇਡੀਅਮ ਤਿਆਰ ਕੀਤਾ ਜਾ ਰਿਹਾ ਹੈ ਆਡੀਟਰੀਅਮ ਤਿਆਰ ਕੀਤਾ ਜਾ ਰਿਹਾ ਜਿਸ ਦੇ ਉੱਤੇ 1.5 ਕਰੋੜ ਰੁਪਏ ਦੀ ਲਾਗਤ ਆਉਣੀ ਹੈ ਤਾਂ 2 ਸਾਲ ਪੂਰੇ ਹੋਣ ਤੇ ਵਿਧਾਇਕ ਜ਼ਗਦੀਪ ਗੋਲਡੀ ਕੰਬੋਜ ਵੱਲੋਂ ਅੱਜ ਜਲਾਲਾਬਾਦ ਦੇ ਵਿੱਚ ਕਈ ਅਹਿਮ ਪ੍ਰੋਜੈਕਟ ਹੈ ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਗਿਆ ਵਿਡੀਓ ਜਰਨਲਿਸਟ ਮੌਂਟੀ ਬਜ਼ਾਸ ਦੇ ਨਾਲ ਰਵਿੰਦਰ ਤਨੇਜਾ ਲਿਵਿੰਗ ਇੰਡੀਆ ਨਿਊਜ਼ ਜਲਾਲਾਬਾਦ